ਲਾਪਰਵਾਹ ਮੈਨੂੰ ਫਾਂਸੀ ਦੀ ਵਤਨ ਲਈ ਮਰਨਾ ਹੈ ਧਰਮ ਮੇਰਾ ਭਾਰਤ ਮਾਂ ਆਜ਼ਾਦ ਹੈ ਕਰਵਾਉਣੀ ਇਸ ਬਿਨਾ ਨਹੀਂ ਕੋਈ ਕਰਮ ਮੇਰਾ ਨਿੱਕੀ ਉਮਰੇ ਮਾਸੂਮ ਅੱਖਾਂ ਪਰ ਸੁਪਨੇ ਦੇਸ਼ ਦੀ ਆਜ਼ਾਦੀ ਦੇ ਇਹ ਕਹਾਣੀ ਹੈ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਦੇ ਸ਼ੁਰੂਆਤੀ ਦਿਨ ਜੋ ਕਿ ਹੱਸਣ ਖੇਡਣ ਤੇ ਭੋੜੀਆਂ ਭਾੜੀਆਂ ਗੱਲਾਂ ਵਿੱਚ ਨਿਕਲ ਜਾਂਦੇ ਨੇ ਉਸ ਉਮਰੇ ਭਗਤ ਸਿੰਘ ਦੇ ਖੁਆਬ ਖੇਤਾਂ ਵਿੱਚ ਬੰਦੂਕਾਂ ਬੀਜਣ ਵਾਲੇ ਸੀ ਇਨਕਲਾਬੀ ਨਾਇਕ ਸ਼ਹੀਦ ਆਜ਼ਮ ਭਗਤ ਸਿੰਘ ਦੀ ਮਕਬੂਲੀਅਤ ਉਹਨਾਂ ਦੀਆਂ ਕੌਮੀ ਸਰਹੱਦਾਂ ਉਲੰਘ ਕੇ ਦੂਰ ਦੂਰ ਤੱਕ ਫੈਲੀ ਹੋਈ ਹੈ ਅਤੇ ਉਹ ਆਪਣੇ ਸਮੇਂ ਤੋਂ ਇਲਾਵਾ ਅਗਲੀਆਂ ਪੁਸ਼ਤਾਂ ਲਈ ਪ੍ਰੇਰਨਾ ਸਰੋਤ ਹੈ ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ ਵਿੱਚ ਹੋਇਆ ਸੀ ਜੋ ਹੁਣ ਪਾਕਿਸਤਾਨ ਵਿੱਚ ਹੈ ਮਹਿਜ਼ 23 ਸਾਲ ਦੀ ਉਮਰ ਵਿੱਚ ਇਸ ਦੇਸ਼ ਭਗਤ ਨੇ ਆਪਣੀ ਜ਼ਿੰਦਗੀ ਵਤਨ ਤੋਂ ਵਾਰ ਦਿੱਤੀ ਭਗਤ ਸਿੰਘ ਨੇ ਆਪਣੀ ਜ਼ਿੰਦਗੀ ਦੇ 2 ਸਾਲ ਜੇਲ੍ਹ ਵਿੱਚ ਵੀ ਬਿਤਾਏ 1927 ਵਿੱਚ ਹੋਈ ਪਹਿਲੀ ਗ੍ਰਿਫਤਾਰੀ ਸਮੇਂ ਉਹਨਾਂ ਦੀ ਉਮਰ 20 ਸਾਲ ਦੀ ਸੀ ਭਗਤ ਸਿੰਘ ਉੱਤੇ 8-9 ਸਾਲ ਦੀ ਉਮਰ ਵਿੱਚ ਗਦਰ ਲਹਿਰ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਸੀ 12 ਸਾਲ ਦੇ ਭਗਤ ਸਿੰਘ ਦੇ ਮਨ ਵਿੱਚ 1919 ਵਿੱਚ ਜਲਿਆਂਵਾਲਾ ਬਾਗ ਦੇ ਨਿਰਦੋਸ਼ ਲੋਕਾਂ ਦੇ ਕਤਲੇਆਮ ਤੇ ਨਿਰਦਈ ਹਾਕਮਾਂ ਦੇ ਅਣਮਨੁੱਖੀ ਜ਼ਬਰ ਖਿਲਾਫ ਚੰਗਿਆਰੀ ਹੋਰ ਵੀ ਸੁਲਗ ਗਈ ਸੀ ਵਿਰੋਧ ਦੌਰਾਨ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਸਾਂਡਰਸ ਦਾ ਕਤਲ ਕੀਤਾ 1929 ਵਿੱਚ 2 ਦਮਨਕਾਰੀ ਕਾਲੇ ਕਾਨੂੰਨ ਦੇ ਖਿਲਾਫ ਅਸੈਂਬਲੀ ਵਿੱਚ ਬੰਬ ਸੁੱਟ ਕੇ ਬਸਤੀਵਾਦੀ ਹਾਕਮਾਂ ਨੂੰ ਭੈਭੀਤ ਕੀਤਾ 1929 ਤੋਂ 23 ਮਾਰਚ 1931 ਤੱਕ ਭਗਤ ਸਿੰਘ ਨੇ ਭੁੱਖ ਹੜਤਾਲਾਂ ਕੀਤੀਆਂ ਤੇ ਚਿੰਤਨ ਤੇ ਲੇਖਣ ਦਾ ਬਹੁਮੁੱਲਾ ਕੰਮ ਕੀਤਾ ਭਗਤ ਸਿੰਘ ਨੇ ਹਿੰਦੁਸਤਾਨ ਰਿਪਬਲਿਕ ਪਾਰਟੀ ਨੂੰ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਪਾਰਟੀ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ ਇਹੀ ਨਹੀਂ ਪਾਰਟੀ ਦੇ ਕਾਰਜ ਨੂੰ ਸਮਾਜਵਾਦੀ ਵਿਚਾਰਧਾਰਾ ਅਨੁਸਾਰ ਅੱਗੇ ਵਧਾਉਂਦਿਆਂ ਇਸ ਦੇ ਉਦੇਸ਼ਾਂ ਦਾ ਸਪਸ਼ਟ ਭਵਿੱਖ ਨਕਸ਼ਾ ਪੇਸ਼ ਕੀਤਾ 23 ਮਾਰਚ 1931 ਗੁਲਾਮ ਦੇਸ਼ ਦੀ ਸ਼ਾਮ ਜੋ ਕਿ ਬਾਕੀ ਸ਼ਾਮ ਤੋਂ ਅਲੱਗ ਸੀ ਅੱਜ ਮੌਤ ਮਤਵਾਲਿਆਂ ਨੂੰ ਮਿਲਣ ਜਾ ਰਹੀ ਸੀ ਆਜ਼ਾਦੀ ਦੇ ਪ੍ਰੇਮੀਆਂ ਦੇ ਜੋਸ਼ ਨੂੰ ਦੇਖ ਕੇ ਮੌਤ ਵੀ ਭੈਪੀ ਸੀ ਅਸੀਂ ਭਾਰਤ ਵੰਸ਼ੀ ਜੋ ਅੱਜ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ ਇਹ ਸਭ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਹੀ ਦੇਣ ਹੈ ਉਸ ਸਮੇਂ ਦੀ ਜ਼ਾਲਮ ਅੰਗਰੇਜ਼ ਸਰਕਾਰ ਨੇ ਇਸ ਮਹਾਨ ਸਪੂਤ ਤੇ ਸੂਰਬੀਰ ਯੋਧੇ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ 23 ਮਾਰਚ 1931 ਨੂੰ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਅੱਜ 28 ਸਤੰਬਰ ਯਾਨੀ ਕਿ ਭਗਤ ਸਿੰਘ ਦੇ ਜਨਮ ਦਿਹਾੜੇ ਉੱਤੇ ਪੰਜਾਬ ਦੇ ਇਸ ਮਹਾਨ ਸਪੂਤ ਨੂੰ ਜਿਸ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਜ਼ਿੰਦਗੀ ਵਾਰ ਦਿੱਤੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ।